ਜਿਵੇਂ ਕਿ ਅਸੀਂ ਆਪਣੇ ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਖਬਰ ਵਿਖਾਈ ਸੀ ਕਿ ਹੰਬੜਾ ਰੋਡ ਦੇ ਉੱਤੇ ਬਿਨਾਂ ਮਾਸਕ ਪਾਏ ਟ੍ਰੈਫਿਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਦਾ ਚਲਾਨ ਕੱਟ ਰਹੇ ਨੇ ਪਰ ਉਸ ਨੌਜਵਾਨ ਦੇ ਵੱਲੋਂ ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਕਿਹੜਾ ਮਾਸਕ ਪਾਇਆ ਹੋਇਆ ਹੈ ਪਰ ਟ੍ਰੈਫਿਕ ਪੁਲਿਸ ਮੁਲਾਜ਼ਮ ਧੱਕੇ ਨਾਲ ਨੌਜਵਾਨ ਦਾ ਚਲਾਨ ਕੱਟ ਦਿੰਦੇ ਨੇ ਅਤੇ ਉਲਟਾ ਨੌਜਵਾਨ ਨੂੰ ਕਹਿੰਦੇ ਨੇ ਕਿ ਤੂੰ ਸਾਡਾ ਠੇਕਾ ਲੈਤਾ ਪਰ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਹਿਬ ਦੇ ਵੱਲੋਂ ਬਿਨਾਂ ਮਾਸਕ ਪਾਏ ਟ੍ਰੈਫਿਕ ਪੁਲਿਸ ਮੁਲਾਜ਼ਮ ਰਾਜ ਸਿੰਘ ਦੇ ਉੱਤੇ ਵੱਡੀ ਕਾਰਵਾਈ ਕਰਦੇ ਹੋਏ ਚਲਾਨ ਕਰ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਦੇ ਫੇਸਬੁੱਕ ਪੇਜ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਆਓ ਤੁਹਾਨੂੰ ਵਿਖਾਉਂਦੇ ਹਾਂ ਪੂਰਾ ਵੀਡੀਓ ਇਹਨਾਂ ਨੇ ਵੀ ਨਹੀਂ ਪਾਇਆ ਹੈਗਾ ਮਾਸਕ ਤੁਸੀਂ ਪਾਇਆ ਨਹੀਂ ਨਹੀਂ ਇਹਨਾਂ ਨੇ ਨਹੀਂ ਪਾਇਆ ਹੈਗਾ ਮੈਂ ਨਹੀਂ ਪਾਇਆ ਮਾਸਕ ਮੇਰਾ ਕਰ ਦਿਓ ਮੈਂ ਕਰ ਦਿੰਦਾ ਉਹਨਾਂ ਨੇ ਨਹੀਂ ਪਾਇਆ ਹੈਗਾ ਮਾਸਕ ਇਦਾਂ ਹੀ ਆਏ ਪਿੱਛੋਂ ਰਾਜ ਸਿੰਘ ਨਾਮ ਆ ਜੀ ਹੰਬੜਾ ਰੋਡ ਹੈ ਸਾਰਿਆਂ ਨੂੰ ਇੱਕੋ ਜਿੰਨਾ ਰੱਖਿਆ ਕਰੋ ਜੇ ਤੁਸੀਂ ਰੱਖਣਾ ਨਾ ਸਾਰਿਆਂ ਨੂੰ ਇੱਕੋ ਸਮਾਨ ਬਰਾਬਰ ਰੱਖਿਆ ਕਰੋ ਉਹਨਾਂ ਦਾ ਕਰੋ ਚਲਾਨ ਮੈਂ ਨਾਲ ਦਿੰਦਾ ਉਸੇ ਟਾਈਮ ਦਿੰਦਾ ਨਹੀਂ ਨਹੀਂ ਉਹਨਾਂ ਦਾ ਕਰੋ ਪਹਿਲਾਂ ਨਹੀਂ ਉਹਨਾਂ ਦਾ ਪਹਿਲੇ ਕਰੋ ਤੁਸੀਂ ਨਹੀਂ ਨਹੀਂ ਐਵੇਂ ਠੇਕਾ ਲਿਆ ਮੇਰਾ ਤੁਸੀਂ ਠੇਕਾ ਲਿਆ ਉਹਨਾਂ ਨੇ ਨੀ ਪਾਇਆ ਉਹਨਾਂ ਨੂੰ ਕਹੋ ਤੁਹਾਡੇ ਨਾਲ ਬੈਠਾ ਆ ਤੁਹਾਡੇ ਨਾਲ ਬੈਠਾ ਆ ਉਹ ਦੇਖੋ ਤੁਹਾਡੇ ਨਾਲ ਬੈਠੇ ਆ ਨਹੀਂ ਨਹੀਂ ਅੰਕਲ ਜੀ ਇਹ ਗੱਲਾਂ ਮੈਂ ਕਰਾਂਗਾ ਮੈਂ ਚਲਾਨ ਭੁਗਤਾਂਗਾ ਮੈਂ ਨਹੀਂ ਨਹੀਂ ਮੈਂ ਮਨਾ ਨਹੀਂ ਕਹਿੰਦਾ ਮੈਂ ਦਿੰਦਾ ਚਲਾਨ ਮੈਂ ਨਹੀਂ ਪਾਇਆ ਮੇਰੀ ਗਲਤੀ ਹੈ ਮੇਰੀ ਗਲਤੀ ਹੈ ਮੈਂ ਚਲਾਨ ਨਹੀਂ ਪਾਇਆ ਹੈ ਮੈਂ ਕਰਦਾ ਹਾਂ ਸਹਿਣ ਉਹਨਾਂ ਨੇ ਨਹੀਂ ਪਾਇਆ ਉਹਨਾਂ ਦਾ ਵੀ ਕਰੋ ਹਾਂਜੀ ਉਹਨਾਂ ਦਾ ਕਰੋ ਭਰੋ ਤੁਸੀਂ ਭਰੋ ਭਰੋ ਨਾਮ ਵਗੈਰਾ ਲਿਖੋ ਉਹਦਾ ਨਾਮ ਲਿਖੋ ਤੁਸੀਂ ਉਹਨਾਂ ਦਾ ਕਰੋ ਪਹਿਲਾਂ ਨਹੀਂ ਨਹੀਂ ਉਹਨਾਂ ਦਾ ਕਰੋ ਅੰਕਲ ਜੀ ਫਿਰ ਮੈਂ ਕਰਦਾ ਉਹਨਾਂ ਦਾ ਕਰੋ ਪਹਿਲਾਂ ਮੈਂ ਜੇ ਨਾ ਕਵਾਂਗਾ ਤੁਸੀਂ ਤਾਂ ਗੱਲ ਕਰਿਓ ਜੇ ਮੈਂ ਨਾ ਕਰਾਂਗਾ ਜੀ ਤੁਸੀਂ ਤਾਂ ਗੱਲ ਕਰਿਓ ਮੈਂ ਕਰਾਂਗਾ ਜੀ ਮੈਂ ਕਰਾਂਗਾ ਪਹਿਲੇ ਉਹਨਾਂ ਦਾ ਕਰੋ ਪਹਿਲੇ ਉਹਨਾਂ ਦਾ ਕਰੋ ਉਹਨਾਂ ਦੇ ਕਰੋ ਪਹਿਲੇ ਪਹਿਲੇ ਉਹਨਾਂ ਦਾ ਵੀ ਕੱਟੋ ਰਾਜ ਸਿੰਘ ਨਾਮ ਦਾ ਕੱਟੋ ਪਹਿਲਾਂ ਨਹੀਂ ਨਹੀਂ ਪਹਿਲਾਂ ਉਹਨਾਂ ਦਾ ਕੱਟੋ ਪਹਿਲਾਂ ਕੱਟੋ ਉਹਨਾਂ ਦਾ ਨਹੀਂ ਨਹੀਂ ਅੰਕਲ ਜੀ ਮੈਂ ਇੱਦਾਂ ਥੋੜ੍ਹਾ ਕਰਨੇ ਆ ਸਹਿਣ ਪਹਿਲੇ ਉਹਨਾਂ ਦਾ ਵੀ ਕਰੋ ਇਹ ਥੋੜ੍ਹਾ ਗੱਲ ਆ ਬਰਾਬਰ ਸਾਰੇ ਇੱਕੋ ਜਿਹੇ ਹੋਣੇ ਚਾਹੀਦੇ ਆ ਮੈਂ ਭਾਅ ਜੀ ਮਾਸਕ ਨਹੀਂ ਪਾਇਆ ਚਲੋ